ਟੀਵੀ 16 ਟ੍ਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕੇ ਐਸ ਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਜ਼ਰਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲਾ ਸੱਦਾ ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਪਸੰਦ ਆਵੇਗਾ ਆਓ ਆਪਾਂ ਅੱਜ ਇੱਕ ਖਾਸ ਟੌਪਿਕ ਤੇ ਗੱਲਬਾਤ ਕਰਾਂਗੇ ਜਿਹੜਾ ਅੱਜ ਮੈਂ ਵਿਸ਼ਾ ਲਿਆ ਹੈਗਾ ਉਹ ਵਿਸ਼ਾ ਬਹੁਤ ਸੋਚਣ ਨੂੰ ਮਜਬੂਰ ਕਰਦਾ ਤੇ ਸਾਨੂੰ ਇਸ ਤੇ ਸੋਚਣਾ ਚਾਹੀਦਾ ਹੈਗਾ ਵਿਸ਼ਾ ਇਹ ਹੈਗਾ ਕਿ ਜੇ ਬਹੁ ਗਿਣਤੀ ਰਾਜ ਕਰਦਿਆਂ ਹੋયા ਵੀ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਆ ਤਾਂ ਫਿਰ ਖਾਲਸਾਤਾਨ ਤੇ ਇਤਰਾਜ ਕਿਉਂ ਇਹ ਬੜਾ ਵੱਡਾ ਸਵਾਲ ਆ ਇਹ ਸਵਾਲ ਉਹਨਾਂ ਲੋਕਾਂ ਨੂੰ ਵੀ ਆ ਜਿਹੜੇ ਲੋਕ ਭੱਦੀ ਸ਼ਬਦਾਵਲੀ ਜਾਂ ਖਾਲਸਾਤਾਨ ਦੇ ਵਿਰੁੱਧ ਬੋਲਦੇ ਨੇ ਇਹ ਉਹਨਾਂ ਲੋਕਾਂ ਨੂੰ ਵੀ ਆ ਜਿਹੜੇ ਸਿੱਖ ਦਸਤਾਰਾ ਸਜਾ ਕੇ ਤੇ ਖਾਲਸਾ ਰਾਜ ਦੀ ਵਿਰੋਧਤਾ ਜਿਹੜੀ ਆ ਉਹ ਕਰਦੇ ਨੇ ਇਹ ਸਵਾਲ ਉਹਨਾਂ ਵਾਸਤੇ ਵੀ ਆ ਇਹ ਸਵਾਲ ਉਹਨਾਂ ਵਾਸਤੇ ਵੀ ਆ ਜਿਹੜੇ ਖੱਬੇ ਪੱਖੀ ਗੱਲ ਤਾਂ ਉਹ ਕਰਦੇ ਨੇ ਕਿ ਅਸੀਂ ਸਮਾਜ ਦੇ ਵਿੱਚ ਬਰਾਬਰਤਾ ਨੂੰ ਜਿਹੜਾ ਹੈ ਉਹ ਪੈਹਲ ਦਿੰਨੇ ਆ ਤੇ ਕਿਰਤ ਨੂੰ ਅਸੀਂ ਪੈਹਲ ਦਿੰਨੇ ਆ ਸਵਾਲ ਉਹਨਾਂ ਲੋਕਾਂ ਨੂੰ ਵੀ ਆ ਕਿ ਜਿਹੜੇ ਲੋਕ ਇਹ ਗੱਲਾਂ ਦਾ ਕਰਦੇ ਨੇ ਪਰ ਹਰ ਵਕਤ ਸੋਸ਼ਲ ਮੀਡੀਆ ਤੋਂ ਲੈ ਕੇ ਪ੍ਰਿੰਟ ਮੀਡੀਆ ਤੋਂ ਲੈ ਕੇ ਹਰ ਉਸ ਪਲੇਟਫਾਰਮ ਦੇ ਉੱਤੇ ਸਿੱਖਾਂ ਦੇ ਵਿਰੁੱਧ ਭੁਗਤ ਰਹੇ ਹੁੰਦੇ ਨੇ ਇਹ ਸਵਾਲ ਉਹਨਾਂ ਨੂੰ ਵੀ ਆ ਇਹ ਸਵਾਲ ਸਾਡੇ ਉਹਨੇ ਉਹਨਾਂ ਭੋਲੇ ਭਾਲੇ ਸਿੱਖਾਂ ਨੂੰ ਵੀ ਆ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਿਹੜੇ ਆ ਉਹ ਬੜੀ ਸੁਣੀ ਆਜ਼ਾਦੀ ਜਿਹੜੀ ਆ ਉਹ ਮੰਨ ਰਹੇ ਹੈਗੇ ਆ ਇਹ ਸਵਾਲ ਉਹਨਾਂ ਪੱਤਰਕਾਰਾਂ ਨੂੰ ਵੀ ਆ ਇਹ ਸਵਾਲ ਉਹਨਾਂ ਗੋਦੀ ਮੀਡੀਆ ਜਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਖੁੰਬਾਂ ਵਾਂਗੂ ਉੱਗੇ ਹੋਏ ਪੱਤਰਕਾਰਾਂ ਨੂੰ ਵੀ ਆ ਜਿਹੜੇ ਹਮੇਸ਼ਾ ਜਿਹੜੇ ਨੇ ਉਹ ਖਾਲਸਾ ਰਾਜ ਦੇ ਉਲਟ ਭੁਗਤਨ ਦੀ ਗੱਲ ਕਰਦੇ ਆ ਜਦ ਕਿ ਤਨਾ ਕਿਤੇ ਕਿਤੇ ਹੋਈ ਘਟਨਾਵਾਂ ਦੇ ਵਿੱਚ ਸਿੱਖਾਂ ਨੂੰ ਦੋਸ਼ੀ ਬਣਾਉਣ ਦੇ ਵਿੱਚ ਕੋਈ ਕਸਰ ਜਿਹੜੀ ਆ ਉਹ ਨਹੀਂ ਛੱਡਦੇ ਹੁਣ ਸਵਾਲ ਇੱਥੇ ਮੇਰਾ ਕਰਨ ਦਾ ਭਾਵ ਇਹ ਹੈਗਾ ਕਿ ਕੀ ਇਹ ਚੀਜ਼ਾਂ ਸੋਚਣ ਤੇ ਮਜਬੂਰ ਕਰਦੀਆਂ ਨੇ ਕੀ ਸਾਡਾ ਜਿਹੜਾ ਦਿਮਾਗ ਦਾ ਸੰਤੁਲਨ ਆ ਜਾਂ ਸਾਡੇ ਦਿਮਾਗ ਦੀ ਸੋਚਣੀ ਆ ਉਹ ਇੰਨੀ ਲੰਬੀ ਸੋਚ ਸੋਚਦੀ ਆ ਕਿ ਕੋ ਚੀਜ਼ਾਂ ਨੂੰ ਅਸੀਂ ਬਿਲਕੁਲ ਛੋਟਾ ਕਰਕੇ ਵੇਖ ਰਹੇ ਹਾਂ ਪਰ ਬੜੇ ਵੱਡੇ ਰੂਪ ਦੇ ਵਿੱਚ ਉਹ ਚੀਜ਼ਾਂ ਵਿਚਰ ਰਹੀਆਂ ਨੇ ਤੇ ਅਸੀਂ ਉਹਨਾਂ ਦਾ 파ਟ ਬਣ ਕੇ ਜਾਂ ਤਾਂ ਅਸੀਂ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਆਪਣੇ ਕੋਲੋਂ ਲੰਘਾ ਰਹੇ ਹਾਂ ਜਾਂ ਉਹਦੇ ਵਿੱਚ ਅਸੀਂ ਹਾਮੀ ਭਰ ਰਹੇ ਹਾਂ ਤੇ ਜਾਂ ਅਸੀਂ ਬਿਲਕੁਲ ਗੁੰਗੇ ਹੋ ਕੇ ਸਭ ਕੁਝ ਵੇਖੀ ਚਲੀ ਜਾ ਰਹੇ ਹਾਂ ਫਿਰ ਸਵਾਲ ਪੈਦਾ ਇਹ ਹੁੰਦਾ ਕਿ ਜਿਹੜੇ ਲੋਕ ਆਪਰੀ ਹੋਂਦ ਦੀ ਲੜਾਈ ਲੜ ਕੇ ਆਪਣਾ ਜੀਵਨ ਖਤਮ ਕਰ ਗਏ ਜੋ ਜਿਹੜੇ ਹੁਣ ਲੜ ਰਹੇ ਨੇ ਜਿਹੜੇ ਹੁਣ ਕਲਮਾਂ ਨਾਲ ਲੜ ਰਹੇ ਨੇ ਜਿਹੜੇ ਹੁਣ ਸਟੇਜਾਂ ਤੇ ਲੜ ਰਹੇ ਨੇ ਜਿਹੜੇ ਹੁਣ ਅਲੱਗ-ਅਲੱਗ ਪਲੈਟਫਾਰਮਸ ਦੇ ਉੱਤੇ ਲੜ ਰਹੇ ਨੇ ਫਿਰ ਉਹਨਾਂ ਦਾ ਕੀ ਆ ਉਹ ਕਿੱਥੇ ਖੜੇ ਨੇ ਉਹ ਆਪਣਾ ਸੰਘਰਸ਼ ਜਾਰੀ ਰੱਖ ਰਹੇ ਨੇ ਪਰ ਉਹਨਾਂ ਦੀਆਂ ਲੱਤਾਂ ਖਿੱਚਣ ਵਾਲੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਿਰ ਦੇ ਉੱਤੇ ਦਸਤਾਰਾਂ ਸਜਾਈ ਵੀ ਨਹੀਂ ਤੇ ਉਹ ਵੀ ਲੋਕ ਨੇ ਜਿਹੜੇ ਬਿਲਕੁਲ ਸ਼ਰਿਆਮ ਦੁਸ਼ਮਣ ਨੇ ਤੇ ਦੁਸ਼ਮਣੀ ਨਭਾਰੇ ਨੇ ਉਹ ਲੋਕ ਨੇ ਤੇ ਕੁਝ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਤਾਂ ਵਾਸੀ ਹਾਂ ਪਰ ਲੇਕਿਨ ਅਸੀਂ ਸਿੱਖਾਂ ਦੇ ਵਿਰੋਧ ਵਿਰੋਧਿਆਂ ਜਾਂ ਸਿੱਖਾਂ ਦੀ ਅਸੀਂ ਕੋਈ ਠਾਈ ਹੋਈ ਆਪਣੀ ਹੋਂਦ ਦੀ ਜਾਂ ਉਸ ਖਿੱਤੇ ਦੀ ਲੜਾਈ ਨੂੰ ਅਸੀਂ ਸਿੱਖਾ ਦੀ ਲੜਾਈ ਸਮਝ ਕੇ ਅਸੀਂ ਵਿਰੋਧ ਜਿਹੜਾ ਉਹ ਕਰ ਰਹੇ ਆ ਨਾ ਤਾਂ ਉਹਨਾਂ ਨੂੰ ਫਿਰ ਧਰਤੀ ਨਾਲ ਪਿਆਰ ਆ ਨਾ ਉਹਨਾਂ ਨੂੰ ਉਥੋਂ ਦੇ ਜਿਹੜੇ ਜਿਹੜੇ ਕੁਦਰਤੀ ਸਾਧਨ ਨੇ ਉਹਨਾਂ ਨਾਲ ਪਿਆਰ ਆ ਤੇ ਨਾ ਹੀ ਉਹਨਾਂ ਨੂੰ ਫਿਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਪਿਆਰ ਆ ਇਸ ਕਰਕੇ ਫਿਰ ਉਹ ਅਜਿਹੇ ਕੁਝ ਆਪਣਾ ਡੰਗ ਟਪਾਉ ਜਿਹਾ ਜਿਹੜਾ ਕੰਮ ਆ ਉਹ ਚੱਲਦਾ ਰਹਿੰਦਾ ਸੋਸ਼ਲ ਮੀਡੀਆ ਦੇ ਉੱਤੇ ਰੋਜ਼ ਲੜਾਈ ਇੱਕ جنگ ਚੱਲਦੀ ਆ ਜਿਹਦੇ ਵਿੱਚ ਕਿਤਰਾ ਕਿਤੇ ਇੱਕ ਅਲੱਗ ਤਰ੍ਹਾਂ ਦੀ ਵਿਚਾਰ ਜਿਹੜੇ ਆ ਪ੍ਰਗਟ ਕਰਕੇ ਤੇ ਕੌਮ ਨੂੰ ਸਾਰਿਆਂ ਲੋਕਾਂ ਨੂੰ ਉਸ ਪਾਸੇ ਅਲਝਾ ਦਿੰਦੇ ਨੇ ਜਾਂ ਬਹੁਤਾਤ ਵਿੱਚ ਇਹ ਲਾਲੀ ਵਾਲੇ ਖਾਸ ਤੌਰ ਦੇ ਉੱਤੇ ਕਾਮਰੇਡ ਲੋਕ ਜਿਹੜੇ ਨੇ ਇਹ ਕੋਈ ਨਾ ਕੋਈ ਸਿੱਖਾਂ ਦੀਆਂ ਪਰੰਪਰਾਵਾਂ ਦੇ ਉੱਤੇ ਹਮਲਾ ਕਰਕੇ ਜਾਂ ਸਿੱਖਾਂ ਦੀਆਂ ਪਰੰਪਰਾਵਾਂ ਦੇ ਉੱਤੇ ਕਿੰਤੂ ਪਰੰਤੂ ਉਠਾ ਕੇ ਕੌਮ ਨੂੰ ਉਧਰ ਅਲਝਾ ਕੇ ਤੇ ਉਹਨਾਂ ਦੀ ਸਾਰੀ ਜਿਹੜੀ એનર્ਜੀ ਆ ਜਦ ਸਾਰੀ ਸ਼ਕਤੀ ਆ ਉਧਰ ਦੇ ਬੰਨੇ ਬਰਬਾਦ ਜਿਹੜੀ ਆ ਉਹ ਕਰੀ ਚਲੀ ਜਾ ਰਹੇ ਨੇ ਤੇ ਅਸੀਂ ਵੀ ਹਣ ਭੋਲੇ ਜੇ ਲੋਕ ਕਈ ਵਾਰੀ ਇਹ ਸੋਚ ਲੈਂਦੇ ਆ ਜਾਂ ਜਿਹੜੇ ਸਿਹਰਦ ਲੋਕ ਵੀ ਨੇ ਕਈ ਵਾਰੀ ਸੋਚ ਲੈਂਦੇ ਆ ਵੀ ਜੇ ਇਹਨਾਂ ਦਾ ਮੂੰਹ ਨਾ ਭੰਨਿਆ ਗਿਆ ਨਾ ਜਵਾਬ ਦਿੱਤਾ ਗਿਆ ਤਾਂ ਸ਼ਾਇਦ ਇਹਨਾਂ ਨੂੰ ਇਹ ਲੱਗੇਗਾ ਕਿ ਅਸੀਂ بڑے ਵੱਡੇ ਵਿਦਵਾਨ ਆ ਸਾਡੇ ਦੇ ਸਾਹਮਣੇ ਕੋਈ ਖੜਦਾ ਨਹੀਂ ਇਹ ਇਹਨਾਂ ਨੂੰ ਇੱਕ بڑا ਵੱਡਾ ਵਹਿਮ ਆ ਇਹ ਵੈਸੇ ਬੜੀ ਬੜੀ ਇਹਨਾਂ ਨੂੰ ਚੈਲੰਜ ਵੀ ਕੀਤਾ ਕਿ ਭਾਈ ਕਿਤੇ ਆ ਕੇ ਪੈਸ ਕਰ ਲੋ ਉੱਥੋਂ ਵੀ ਇਹ ਭੱਜਦੇ ਨੇ ਫਿਰ ਕਿਉਂਕਿ ਫਿਰ ਇਹਨਾਂ ਨੂੰ ਕੋਈ ਹੱਤਾਂ ਹੈ ਨਹੀਂ ਕੋਈ ਜੜ ਤਾਂ ਹੈ ਨਹੀਂ ਗੀ ਕੋਈ ਸਿਰ ਮੂੰਹ ਮੱਥਾ ਤਾਂ ਹੈ ਨਹੀਂਗਾ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਰਾਸ਼ਟਰਵਾਦੀ ਨੇ ਤੇ ਜਿਹੜੇ ਜਾ ਕੇ ਸਰਕਾਰਾਂ ਦੇ ਨਾਲ ਟੌਟੀਆਂ ਕਰਦੇ ਕਰਦੇ ਅੱਜ ਇੱਥੇ ਆਖਣੋਤੇ ਨੇ ਕਿ ਨਾ ਇਹਨਾਂ ਨੂੰ ਕੋਈ ਆਪਣਾ ਰਸਤਾ ਅਖਤਿਆਰ ਕਰਨਾ ਆ ਰਿਹਾ ਤੇ ਨਾ ਇਹਨਾਂ ਨੂੰ ਕਿਸੇ ਦੇ ਨਾਲ ਚੱਲਣਾ ਆ ਰਿਹਾ ਤੇ ਨਾ ਹੀ ਆਪਣੀ ਧਰਤੀ ਦੇ ਨਾਲ ਚੱਲਣਾ ਆ ਰਿਹਾ ਇਹ ਤਾਂ ਇੱਕ ਪੱਖ ਰਹਿ ਗਿਆ ਹੁਣ ਜਿਹੜਾ ਮੈਂ ਗੱਲ ਮੈਂ ਕਰਨੀ ਚਾਹ ਰਿਆਂ ਉਹ ਇਹ ਹੈਗੀ ਆ ਕਿ ਹਿੰਦੂ ਰਾਸ਼ਟਰ ਜੀ ਸਦਕੇ ਬਣਾਓ ਤੁਸੀਂ ਹਿੰਦੂ ਰਾਸ਼ਟਰ ਜੇ ਤੁਸੀਂ ਇਹ ਤੁਹਾਡਾ ਸੁਪਨਾ ਤਾਂ ਫਿਰ ਤੁਸੀਂ ਜੀ ਸਦਕੇ ਬਣਾਓ ਹਿੰਦੂ ਰਾਸ਼ਟਰ ਪਰ ਉੱਥੇ ਫਿਰ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਹਿੰਦੂ ਰਾਸ਼ਟਰ ਦੀਆਂ ਕੁਝ ਆਪਣੇ ਰੂਲਸ ਐਂਡ ਰੈਗੂਲੇਸ਼ਨ ਨੇ ਆਪਣੀਆਂ ਉਹਦੀਆਂ ਕੁਝ ਸੰਵਧਾਨਕ ਤਬਦੀਲੀਆਂ ਹੋਣਗੀਆਂ ਜਾਂ ਉਹਦੇ ਆਪਣੇ ਕੁਝ ਧਾਇਰੇ ਨੇ ਜਿਸ ਧਾਇਰੇ ਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖ ਜਿਹੜੇ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਨਾ ਸਮਾਜਿਕ ਤੌਰ ਤੇ ਨਾ ਧਾਰਮਿਕ ਤੌਰ ਤੇ ਨਾ ਸੋਸ਼ੀਅਲੀ ਨਾ ਕਿਸੇ ਹੋਰ ਪੱਖ ਤੋਂ ਫਿੱਟ ਨਹੀਂ ਹੁੰਦੇ ਸੋ ਸਵਾਲ ਇਹ ਪੈਦਾ ਹੁੰਦਾ ਕਿ ਫਿਰ ਉਸ ਹਿੰਦੂ ਰਾਸ਼ਟਰ ਦਾ ਕਿ ਸਾਸ ਸਿੱਖ ਕਿਵੇਂ ਰਹਿਣਗੇ ਇਹ ਸਵਾਲ ਸਾਰਿਆਂ ਨੂੰ ਮੈਂ ਸ਼ੁਰੂ ਚ ਤਾਂ ਕਰ ਦਿੱਤਾ ਕਿ ਕੋਈ ਕੈਟਾਗਰੀ ਸ਼ਾਇਦ ਰਹਿ ਨਾ ਜਾਵੇ ਕਿ ਸਾਰਿਆਂ ਵਾਸਤੇ ਇਹ ਹੈਗਾ ਕਿਉਂਕਿ ਮੂੰਹ ਫਾੜ ਕੇ ਅਸੀਂ ਹਰ ਗੱਲ ਜਿਹੜੀ ਆ ਉਹ ਕਰਤਾ ਦਿੰਨੇ ਆ ਪਰ ਸਾਡੇ ਇਸ ਖੋਪੜੇ ਦੇ ਵਿੱਚ ਇਹ ਗੱਲ ਸਾਡੇ ਦਿਮਾਗ ਦੇ ਵਿੱਚ ਕਦੀ ਇਹ ਗੱਲ ਜਿਹੜੀ ਆ ਉਹ ਘਰ ਵੀ ਕਰਦੀ ਆ ਕਿ ਅਸੀਂ ਜੇਸ ਗੱਲ ਨੂੰ ਕਰਦੇ ਪਏ ਆ ਤਾਂ ਜਿਸ ਗੱਲ ਦੀ ਅਸੀਂ ਵਿਰੋਧਤਾ ਕਰਦੇ ਆ ਤਾਂ ਜਿਸ ਦੇ ਹੱਕ ਵਿੱਚ ਭੁਗਤਦੇ ਆ ਉਹਦੇ ਆਉਣ ਵਾਲੇ ਨਤੀਜੇ ਕਿਹੋ ਜਿਹੇ ਹੋਣਗੇ ਹੁਣ ਜੇ ਹਿੰਦੂ ਰਾਸ਼ਟਰ ਦੀ ਗੱਲ ਹੋ ਰਹੀ ਆ ਬੜੇ ਵੱਡੇ ਪੱਧਰ ਤੇ ਹੋ ਰਹੀ ਆ ਔਰ ਬੜੀ ਤੇਜ਼ੀ ਦੇ ਨਾਲ ਬੜੀ ਸਪੀਡ ਦੇ ਨਾਲ ਉਹ ਲੋਕ ਕੰਮ ਕਰਦੇ ਪਏ ਨੇ ਤੇ ਫੇਰ ਇੱਥੇ ਸਵਾਲ ਤਾਂ ਉੱਠਣਾ ਜਾਇਜ਼ ਨੇ ਹੁਣ ਤੁਹਾਨੂੰ ਅਸੀਂ ਇੱਕ ਵੀਡੀਓ ਦਿਖਾਉਨੇ ਆ ਉਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਵੀ ਇਹ ਗੱਲ ਅਸੀਂ ਕੋਈ ਕਿਸੇ ਬਿਨਾ ਤੱਤ ਤੋਂ ਕਰਦੇ ਪਏ ਆ ਕਿ ਜਾਂ ਕਿਸੇ ਤੱਤ ਦੇ ਆਧਾਰ ਤੇ ਕਰਦੇ ਪਏ ਆ ਇੱਕ ਵੀਡੀਓ ਆ ਤੁਹਾਨੂੰ ਵੀਡੀਓ ਦੇਖ ਲਓ ਪਹਿਲਾਂ ਫਿਰ ਅਸੀਂ ਇਸ ਤੋਂ ਅੱਗੇ ਗੱਲਬਾਤ ਜਿਹੜੀ ਆ ਉਹ ਕਰਾਂਗੇ ਚਬਤ ਲੇਤੇ ਹੈ ਚਬਤ ਤੁਸੀਂ ਦੇਖਿਆ ਕਿ ਇਹ ਸੌਂ ਖਵਾਈ ਗਈ ਆ ਅੰਬਾਲੇ ਦੇ ਵਿੱਚ ਸੋ ਬਹੁਤ ਸਾਰੇ ਇਹੋ ਜਿਹੇ ਜਿਹੜੇ ਇਹਨਾਂ ਦੇ ਇਹਨਾਂ ਨੇ ਇੱਕ ਮੋਹਿਮ ਜਿਹੜੀ ਆ ਉਹ ਵੀਡੀਓ ਹੀ ਆ ਸੋ ਜੇ ਬਹੁ ਗਿਣਤੀ ਜਿਹੜੀ ਆ ਉਹ ਭਾਰਤ ਦੇਸ਼ ਦੇ ਵਿੱਚ ਰਾਜ ਕਰਦਿਆਂ ਹੋયા ਆਪਣਾ ਰਾਜ ਪੂਰੀ ਤਰ੍ਹਾਂ ਦੇ ਨਾਲ ਸਥਾਪਿਤ ਕਰਦਿਆਂ ਹੋਇਆ ਜਿਹੜਾ ਉਹ ਫਿਰ ਵੀ ਇਹ ਚਾਹ ਰਹੀ ਆ ਕਿ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਹਿੰਦੂ ਰਾਸ਼ਟਰ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਜਾਵੇ ਯਾਨੀ ਕਿ ਭਾਰਤ ਦਾ ਨਾਮ ਬਦਲ ਕੇ ਹਿੰਦੂ ਰਾਸ਼ਟਰ ਜਿਹੜਾ ਹੈ ਉਹ ਰੱਖ ਦਿੱਤਾ ਜਾਵੇ ਤੇ ਉਹਦੇ ਵਾਸਤੇ ਉਹ ਬੜੀ ਤੇਜ਼ੀ ਦੇ ਨਾਲ ਕੰਮ ਕਰਦੇ ਪਏ ਨੇ ਤੇ ਲੱਖ ਲੱਖ ਕਰਨਾ ਚਾਹੀਦਾ ਕਿਉਂਕਿ ਜੇ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਆਪਣਾ ਦੇਸ਼ ਜਿਹੜਾ ਹੈਗਾ ਉਹਦਾ ਨਾਮ ਬਦਲ ਕੇ ਹਿੰਦੂ ਰਾਸ਼ਟਰ ਕਰ ਲੈਣਾ ਚਾਹੀਦਾ ਤੇ ਉਹ ਉਹਨਾਂ ਨੂੰ ਮੁਬਾਰਕ ਉਹਨਾਂ ਦੀ ਆਪਣੀ ਮੁਹਿੰਮ ਆ ਪਰ ਸਵਾਲ ਇੱਥੇ ਪੈਦਾ ਹੁੰਦਾ ਕਿ ਤੁਸੀਂ ਜਿਹੜੀਆਂ ਬਾਕੀ ਰਹਿੰਦੀਆਂ ਕੌਮਾਂ ਨੇ ਉਹਨਾਂ ਨਾਲ ਕਿਵੇਂ ਵਿਚਰੋਗੇ ਉਹਨਾਂ ਨਾਲ ਤੁਹਾਡਾ ਜਿਹੜਾ ਹੈ ਉਹ ਕੋਈ ਹਿਸਾਬ ਦਾ ਕਿਤਾਬ ਜਿਹੜਾ ਉਹ ਸੈੱਟ ਬੈਠਣਾ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਦਲਤਾਂ ਦੇ ਨਾਲ ਬੈਠਣਾ ਤੇ ਨਾ ਹੀ ਮੁਸਲਮਾਨਾਂ ਦੇ ਨਾਲ ਭਾਈਚਾਰੇ ਨਾਲ ਬੈਠਣਾ ਤੇ ਨਾ ਹੀ ਬੈਠਣਾ ਹੈਗਾ ਸਿੱਖਾਂ ਦੇ ਨਾਲ ਤੇ ਮੈਂ ਸਿੱਖ ਨੁਕਤਾ ਨਗਾ ਤੋਂ ਗੱਲ ਕਰਨੀ ਚਾਹਾਂਗਾ ਕਿ ਜਦ ਸਿੱਖਾਂ ਦੇ ਕੋਲ ਕੋਈ ਰਸਤਾ ਹੀ ਨਹੀਂ ਬਚਦਾ ਕੋਈ ਰਸਤਾ ਉਹਨਾਂ ਕੋਲ ਰਹਿ ਹੀ ਨਹੀਂ ਜਾਂਦਾ ਹੁਣ ਫਿਰ ਦੋ ਹੀ ਤਰੀਕੇ ਨੇ ਜਾਂ ਤਾਂ ਸਿੱਖ ਜਿਹੜੇ ਨੇ ਉਹ ਇਹ ਕਬੂਲ ਕਰ ਲੈਣ ਕਿ ਅਸੀਂ ਹਿੰਦੂ ਰਾਸ਼ਟਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਹਿੰਦੂ ਲਖਾ ਲਾਂਗੇ ਤੇ ਅਸੀਂ ਹਿੰਦੂ ਬਣ ਜਾਵਾਂਗੇ ਤੇ ਫੇਰ ਤੇ ਜਿਹੜੀ ਆ ਉਹ ਗੱਲ ਨਿਬੜਦੀ ਨਜ਼ਰ ਆਜੂਗੀ ਤੇ ਜੇ ਸਿੱਖ ਇਹ ਕਹਿੰਦਾ ਕਿ ਮੇਰੇ ਤਾਂ ਗੁਰੂ ਨੇ ਮੈਨੂੰ ਸਾਜਿਆ ਹੀ ਅਲੱਗਿਆ ਖਾਲਸਾ ਪ੍ਰਗਟ ਹੋਇਆ ਜਨਮ ਨਹੀਂ ਹੋਇਆ ਪ੍ਰਗਟ ਹੋਇਆ ਸੋ ਪ੍ਰਗਟ ਜਿਹੜਾ ਹੈ ਉਹ ਹੋਇਆ ਪਰਮਾਤਮਾ ਦੀ ਮੌਜ ਦੇ ਨਾਲ ਖਾਲਸਾ ਸੋ ਫਿਰ ਖਾਲਸਾ ਉੱਥੇ ਫਿੱਟ ਨਹੀਂ ਬੈਠਦਾ ਯਾਨੀ ਕਿ ਸਿੱਖ ਉੱਥੇ ਫਿੱਟ ਨਹੀਂ ਬੈਠਦੇ ਤੇ ਫਿਰ ਜਦੋਂ ਕਦੀ ਜੇ ਗੱਲ ਸਿੱਖ ਆਪਣੇ ਵੱਖਰੇ ਰਾਜ ਦੀ ਕਰਦੇ ਨੇ ਜਾਂ ਆਪਣੇ ਗਵਾਚੇ ਹੋਏ ਰਾਜ ਨੂੰ ਦੁਬਾਰਾ ਪ੍ਰਾਪਤ ਕਰਨ ਦੀ ਕਰਦੇ ਨੇ ਤੇ ਜਦੋਂ ਸਿੱਖਾਂ ਨੂੰ ਫਿਰ ਹਿੰਦੂ ਰਾਸ਼ਟਰ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਤਾਂ ਫਿਰ ਇਹ ਦੱਸਿਆ ਜਾਵੇ ਕਿ ਹਿੰਦੂ ਜਿਹੜਾ ਸਾਡਾ ਸਮਾਜ ਆ ਉਹਨੂੰ ਫਿਰ ਖਾਲਸਾ ਧਨ ਦੇ ਉੱਤੇ ਕਿਉਂ ਜਿਹੜਾ ਇਤਰਾਜ਼ ਹੋਣਾ ਚਾਹੀਦਾ ਫਿਰ ਤੇ ਇਹ ਗੱਲ ਬੜੀ ਸਪਸ਼ਟ ਜੀ ਆ ਨਾ ਕਿ ਤੁਸੀਂ ਭਈ ਆਪਣਾ ਹਿੰਦੂ ਰਾਸ਼ਟਰ ਬਣਾ ਲਓ ਫਿਰ ਸਿੱਖਾਂ ਨੂੰ ਤੁਸੀਂ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਸਿੱਖਾਂ ਨੇ ਤਾਂ ਇਹ ਕਦੀ ਵੀ ਆਪਣੇ ਆਪ ਨੂੰ ਕਬੂਲ ਨਹੀਂ ਨਾ ਕਰਨਾ ਹੈਗਾ ਕਿ ਮੈਂ ਅਸੀਂ ਧਾਰਮਿਕ ਤੌਰ ਤੇ ਮਾਨਸਿਕ ਤੌਰ ਤੇ ਫਿਜ਼ੀਕਲ ਤੌਰ ਤੇ ਜਾਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਇਹ ਅਸੀਂ ਮੰਨ ਲੈਨੇ ਆ ਕਿ ਅਸੀਂ ਜਿਹੜੇ ਹੈਗੇ ਆ ਉਹ ਹਿੰਦੂ ਆ ਕਿਉਂਕਿ ਉਹ ਸਿੱਖ ਮੰਨ ਨਹੀਂ ਸਕਦੇ ਨਾ ਕਿਉਂਕਿ ਦੁਨੀਆ ਦਾ ਚੌਥਾ ਵੱਡਾ ਧਰਮ ਜਿਹਦਾ ਇੱਕ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਆਪਣਾ ਉਹਦਾ ਸੰਵਿਧਾਨ ਹੋਵੇ ਆਪਣੀ ਉਹਦੀ ਸੋਚ ਹੋਵੇ ਆਪਣਾ ਉਹਦੇ ਰਹਿਣ ਸਹਿਣ ਦਾ ਤਰੀਕਾ ਹੋਵੇ ਤੇ ਫਿਰ ਉਹ ਫਿੱਟ ਕਿਵੇਂ ਬੈਠ ਸਕਦਾ ਹੈਗਾ ਸੋ ਬੜੀ ਸਪਸ਼ਟ ਜੀ ਗੱਲ ਆ ਕਿ ਇੱਕ ਮਿਆਨ ਚ ਦੋ ਤਲਵਾਰਾਂ ਰਹਿਣੀਆਂ ਔਖੀਆਂ ਬਣੀਆਂ ਨੇ ਉਹ ਤਾਂ ਰਹਿ ਸਕਦੀਆਂ ਹੁੰਦੀਆਂ ਨੇ ਕਿ ਜੇ ਉਥੇ ਸਮਾਜ ਉਹ ਜਿਹਾ ਜਿਹੜਾ ਹੈ ਉਹ ਵਿਸਰਦਾ ਹੋਵੇ ਜਾਂ ਸਮਾਜ ਉਹ ਜਿਹਾ ਸਿਰਜਣ ਦੀ ਗੱਲ ਕੀਤੀ ਜਾਂਦੀ ਹੋਵੇ ਹੁਣ ਉਥੇ ਐਕਸੈਪਟੇਬਲ ਨਹੀਂ ਆ ਸਿੱਖ ਸਿੱਖ ਦੇ ਤੌਰ ਦੇ ਉੱਤੇ ਤੇ ਫਿਰ ਸਿੱਖ Hindu ਰਾਸ਼ਟਰ ਦੇ ਵਿੱਚ ਰਹੇਗਾ ਕਿਵੇਂ ਇਹ ਫਿਰ ਸਵਾਲ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਸੋ ਇਹ ਮੈਂ ਤਾਂ ਹੀ ਸ਼ੁਰੂ ਸ਼ੁਰੂਆਤ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਸਾਰਿਆਂ ਵਾਸਤੇ ਇਹ ਸਵਾਲ ਆ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਖਾਲਿਸਤਾਨ ਦਾ ਵਿਰੋਧ ਕਰਦੇ ਆਂ ਜਰ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਅਸੀਂ ਖਾਲਸਤਾਨ ਸਾਨੂੰ ਨਹੀਂ ਚਾਹੀਦਾ ਜਾਂ ਬੀਬੀਆਂ ਦਾੜੀਆਂ ਛੱਡ ਕੇ ਪੱਗਾਂ ਬੰਨ ਕੇ ਆ ਜਿਹੜੇ ਅੱਜ ਵਾਲੇ ਅੱਜ ਵਾਲਿਆ ਭੰਤੇ ਦੇ ਜਿਹੜੇ ਕੰਨਵੇਂ ਨਾਲ ਨੇ ਉਹ ਵੀ ਕਹੀ ਜਾਂਦੇ ਨੇ ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਸਾਨੂੰ ਖਾਲਸਤਾਨ ਦੀ ਜ਼ਰੂਰਤ ਨਹੀਂ ਹੈ ਤੇ ਭਈ ਪੰਜਾਬ ਤਾਂ ਪੰਜਾਬ ਜਿਹੜਾ ਹੈਗਾ ਉਹ ਉਹ ਫਿਰ ਉਹਦੇ ਬਹੁਤ ਸਾਰੇ ਹੋਰ ਰੂਪ ਨੇ ਪਰ ਪੰਜਾਬ ਐਕਸੈਪਟ ਵੀ ਕਰਦਾ ਹਰ ਗੱਲ ਨੂੰ ਹਰ ਕਿਸੇ ਨੂੰ ਗਲੇ ਵੀ ਲਾਉਂਦਾ ਹੁਣ ਹਿੰਦੂ ਰਾਸ਼ਟਰ ਦੇ ਰੂਲ ਮੁਤਾਬਕ ਤਾਂ ਇਹ ਆ ਕਿ ਜਿਹੜਾ ਜਿਹੜਾ ਉਸ ਦੇਸ਼ ਦਾ ਵਾਸੀ ਹੋਏਗਾ ਉਹ ਆਪਣੇ ਆਪ ਨੂੰ ਹਿੰਦੂ ਲਿਖੇਗਾ ਪਰ ਖਾਨਸਾ ਰਾਜ ਜਾਂ ਖਾਨਸਤਾਨ ਜਾਂ ਜਿਹੜੇ ਕੋਈ ਵੀ ਦੇਸ਼ ਦਾ ਇਧਰ ਖਾਨਸਾ ਰਾਜ ਵਾਲਾ ਜਿਹੜਾ ਨਾਮ ਆ ਉਹਦੇ ਵਿੱਚ ਸਾਰਾ ਕੁਝ ਹੀ ਹਰ ਸਮਾਜ ਨੂੰ ਜਿਹੜਾ ਉਹ ਇਕੋ ਜਿਹਾ ਦਰਜਾ ਦੇਣ ਦੀ ਗੱਲ ਕੀਤੀ ਜਾਂਦੀ ਆ ਕਿ ਭਾਈ ਤੁਸੀਂ ਜੇ Hindu ਕੌਮ ਨੂੰ ਜਾਂ Hindu ਸਮਾਜ ਨੂੰ ਬਿਲੋਂਗ ਕਰਦੇ ਹੋ ਤਾਂ ਤੁਸੀਂ ਆਪਣੇ ਸ਼ਿਵਜੀ ਨੂੰ ਪੂਜੋ ਤੁਸੀਂ ਆਪਣੇ ਰਾਮਜੀ ਨੂੰ ਪੂਜੋ ਤੁਸੀਂ ਮਾਤਾ ਨੂੰ ਪੂਜੋ ਤੁਸੀਂ ਆਪਣੇ ਜਿਹੜੇ ਵੀ ਤੁਹਾਡੇ ਅਕੀਦੇ ਨੇ ਤਾਂ ਜਿਹੜੇ ਵੀ ਤੁਹਾਡੇ ਜਿੰਨੂੰ ਵੀ ਤੁਸੀਂ ਇਸਤ ਮੰਨਦੇ ਹੋ ਤੁਸੀਂ ਪੂਜੋ ਤੇ ਤੁਸੀਂ ਆਪਣਾ ਜੀਵਨ ਜਿਓ ਜੇ ਕੋਈ ਦਲਤ ਸਮਾਜ ਨਾਲ ਆ ਜੇ ਕੋਈ ਮੁਸਲਮ ਭਾਈਚਾਰੇ ਨਾਲ ਆ ਵੀ ਤੁਸੀਂ ਆਪੋ ਆਪਣਾ ਕਰੋ ਪਰ ਤੁਹਾਨੂੰ ਤੁਹਾਡੇ ਧਰਮ ਮੁਤਾਬਕ ਜੀਣ ਦੀ ਇਜਾਜ਼ਤ ਆ ਤੁਸੀਂ ਆਪਣੇ ਆਪ ਨੂੰ ਉਸ ਖਾਲਸਾ ਰਾਜ ਦੇ ਵਿੱਚ ਮੁਸਲਮਨ ਲਖਾਓ ਖੁੱਲੇ ਆਮਲ ਲਖਾਓ ਹਿੰਦੂ ਲਖਾਓ ਖੁੱਲੇ ਆਮਲ ਖਾਓ ਦਲਤ ਲਖਾਓ ਜਾਂ ਨਾਲ ਲਖਾਓ ਤੁਹਾਡੀ ਮਰਜ਼ੀ ਜਾਂ ਤੁਸੀਂ ਕੁਝ ਹੋਰ ਜੱਕ ਕ੍ਰਿਸਚੀਅਨ ਹੋ ਤੁਸੀਂ ਤੇ ਕ੍ਰਿਸਚੀਅਨ ਲਖਾਓ ਤੁਹਾਨੂੰ ਕੋਈ ਮਨਾਹੀ ਨਹੀਂ ਆ ਹੁਣ ਫਰਕ ਦੇਖੋ ਦੋਨਾਂ ਦੇ ਵਿੱਚ ਫਿਰ ਕੀ ਆ ਪਰ ਉੱਥੇ ਫਿਰ ਚੀਕਾਂ ਕਿਉਂ ਵੱਜਦੀਆਂ ਨੇ ਉੱਥੇ ਕਿਸ ਕਾਰ ਦੀਆਂ ਚੀਕਾਂ ਵੱਜਦੀਆਂ ਨੇ ਜਿਹੜਾ ਹੁਣ ਆ ਪਿਛਲੇ ਦਿਨੀ ਪਟਿਆਲੇ 'ਚ ਵਿਵਾਦ ਹੋਇਆ ਉਹਦੇ ਵਿੱਚ ਸਵਾਲ ਤਾਂ ਇਹੀ ਖੜਾ ਸੀ ਨਾ ਸਵਾਲ ਤਾਂ ਇਹੀ ਖੜਾ ਸੀ ਸੋ ਜੇ ਇਹ ਗੱਲ ਹਿੰਦੂ ਰਾਸ਼ਟਰ ਦੀ ਹੋ ਸਕਦੀ ਆ ਤਾਂ ਫਿਰ ਬਾਕੀ ਰਾਸ਼ਟਰਾਂ ਦੀ ਗੱਲ ਵੀ ਤਾਂ ਹੋਏਗੀ ਨਾ ਫਿਰ ਆ ਜਿਹੜੇ ਜਿਹਨੂੰ ਕੀ ਕਹਾਂ ਮੈਂ ਹੁਣ ਆ ਜਿਹੜੇ ਪੱਤਰਕਾਰ ਉੱਥੇ ਆਪਣੇ ਆਪ ਨੂੰ ਸਮਝਦੇ ਨੇ ਕੁਝ ਬੁੱਢੇ ਹੋ ਗਏ ਤੇ ਕੁਝ ਅਧ ਖੜ ਜੇ ਨੇ ਤੇ ਕੁਛ ਹਲੇ ਨਵੇਂ ਜੰਮੇ ਨੇ ਸਵਾਰ ਸਵਾਰ ਕੇ ਵਿਰਾਸਾ ਗੱਲਾਂ ਤੇ ਬਹੁਤ ਕਰਦੇ ਨੇ ਉਹ ਬਹੁਤ ਆਤ ਵਿੱਚ ਉਹ ਕਾਮਰੇਡੀ ਨੇ ਤੇ ਉਹਨਾਂ ਨੂੰ ਉਹ ਗੱਲ ਕਿਤੇ ਕਰਨੀ ਹੋਵੇ ਸਿੱਖਾਂ ਦੀ ਤਾਂ ਫਿਰ ਉਹਨਾਂ ਦੇ ਉਲਟ ਵੇਖੋ ਕਿਦਾਂ ਭੁਗਤਦੇ ਨੇ ਪਰ ਅਕਲੋਂ بڑے ਵੀ ਬਹੁਤ ਨੀਵੇਂ ਪੱਦਰ ਦੇ ਨੇ ਅਕਲੋਂ ਉਹਨਾਂ ਦੇ ਮੈਂ ਕਈ ਵਾਰੀ ਇਹ ਸੋਚਦਾ ਕਿ ਇੰਨੀ ਕੁ ਅਕਲ ਉਹਨਾਂ ਦੀ ਜਿਹੜੀ ਗੱਟਿਆਂ ਦੇ ਵਿੱਚ ਆ ਜਾਂ ਉਹ ਇੰਨੇਕ ਮਾਨਸਿਕ ਗੁਲਾਮੀ ਦੇ ਵਿੱਚ ਜੀਂਦੇ ਨੇ ਤੇ ਕਹਿੰਦੇ ਇਹ ਨੇ ਕਿ ਅਸੀਂ ਤਾਂ ਜੀ ਦੁਨੀਆ ਭਰ ਦੇ ਵਿੱਚ ਇਨਕਲਾਬ ਦੀਆਂ ਗੱਲਾਂ ਕਰਦੇ ਆ ਇਨਕਲਾਬ ਤੇ ਤੁਹਾਡੇ ਆਪਣੇ ਆਪ 'ਚ ਨਹੀਂ ਆਇਆ ਤੁਸੀਂ ਦੁਨੀਆ ਦੇ ਇਨਕਲਾਬ ਦੀ ਗੱਲ ਤਾਂ ਕੀ ਕਰੋਗੇ ਤੁਸੀਂ ਜੇ ਤੁਹਾਨੂੰ ਇੰਨਾ ਇਨਕਲਾਬ ਦਿਖਦਾ ਤੇ ਭਾਈ ਫਿਰ ਰਸ਼ੀਆ ਜਾ ਕੇ ਦਿਖਾਓ ਇੱਕ ਵਾਰੀ ਚਾਈਨਾ 'ਚ ਜਾ ਕੇ ਰਹਿ ਕੇ ਦਿਖਾਓ ਆਪਣਾ ਇਦਾਂ ਅ ਜਿੱਦਾਂ ਤੁਸੀਂ ਇੱਥੇ ਰਹੀ ਜਾਂਦੇ ਹੋ ਕਿ ਤੇ ਰਾਕੇ ਦਿਖਾਇਓ ਗੱਲ ਕਰਕੇ ਦਿਖਾਇਓ ਉੱਥੇ ਤੁਹਾਡਾ ਗਲਾ ਨਾ ਵੱਢ ਕੇ ਉਹਨਾਂ ਨੇ ਟੰਗ ਦਿੱਤਾ ਤਾਂ ਕਿਉਂ ਸੋ ਤੁਸੀਂ ਉਸ ਸਮਾਜ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋ ਜਿਹੜਾ ਸਮਾਜ ਇਕੱਠਾ ਜਿਹੜਾ ਹੈ ਇਸ ਤਰ੍ਹਾਂ ਦੇ ਨਾਲ ਨਹੀਂ ਰਹਿ ਸਕਦਾ ਸੋ ਜੇ ਤੁਹਾਡਾ ਤੁਹਾਡੀ ਮਨਛਾ ਇਹ ਹੈਗੀ ਆ ਕਿ ਅਸੀਂ ਆਪਣਾ ਇੱਕ ਦੇਸ਼ ਵੱਖ ਅਲਾਨਣਾ ਵੱਖ ਤੌਰ ਦੇ ਅਸੀਂ ਹਿੰਦੂ ਰਾਸ਼ਟਰ ਵੱਜੋਂ ਇਸ ਦੁਨੀਆ ਦੇ ਵਿੱਚ ਵਿਚਰਨਾ ਤੇ ਉਹ ਤੁਹਾਨੂੰ ਮੁबारक ਫਿਰ ਦੂਜਿਆਂ ਨੂੰ ਆਪਣੇ ਫੈਸਲੇ ਜਿਹੜੇ ਨੇ ਉਹ ਖੁਦ ਕਰਨ ਦਿਓ ਕਿਉਂਕਿ ਉਹਨਾਂ ਨੇ ਆਪਣਾ ਧਰਮ ਵੀ ਬਚਾਉਣਾ ਆਪਣੇ ਧਰਮ ਨੂੰ ਅੱਗੇ ਫਨਾਉਣਾ ਵੀ ਆ ਜਾਂ ਆਪਣੇ ਧਰਮ ਦੀ ਰੱਖਿਆ ਵੀ ਕਰਨੀ ਆ ਆਪਣੇ ਖਿੱਤਿਆਂ ਨੂੰ ਵੀ ਬਚਾਉਣਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਚਾਉਣਾ ਆਪਣੇ ਗ੍ਰੰਥ ਤੇ ਪੰਥ ਨੂੰ ਜਿਹੜਾ ਹੈ ਉਹ ਵੀ ਦੁਨੀਆ ਤੱਕ ਦਿਖਾਉਣਾ ਤੇ ਉਹਨਾਂ ਨੇ ਤੇ ਫਿਰ ਕੋਈ ਰਸਤਾ ਕੋਈ ਨਾ ਕੋਈ اختیار ਕਰਨਾ ਫਿਰ ਚਾਹੇ ਉਹਨਾਂ ਨੂੰ ਤੁਸੀਂ ਵੱਖਵਾਦੀ ਕਹੋ ਅੱਤਵਾਦੀ ਕਹੋ ਜਾਂ ਤੁਸੀਂ ਉਹਨਾਂ ਐਕਸਟਰੀਮਿਸਟ ਕਹੋ ਜਾਂ ਤੁਸੀਂ ਰੈਡੀਕਲਸ ਕਹੋ ਜਾਂ ਕੁਛ ਕਹੋ ਤੇ ਜੇ ਫਿਰ ਉਹ ਰੈਡੀਕਲਸ ਨੇ ਤੇ ਫਿਰ ਜੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ ਤੇ ਫਿਰ ਤੁਸੀਂ ਵੀ ਬਰਾਬਰ ਦੇ ਹੀ ਹੋ ਫਿਰ ਤੇ ਤੁਸੀਂ ਵੀ ਉਸੇ ਕੈਟਾਗਰੀ 'ਚ ਫਾਲ ਕਰਦੇ ਹੋ ਫਿਰ ਤੁਸੀਂ ਵੀ ਅੱਤਵਾਦੀ ਹੋ ਤੁਸੀਂ ਵੀ ਵੱਖਵਾਦੀ ਹੋ ਤੁਸੀਂ ਵੀ ਰੈਡੀਕਲਸ ਹੋ ਤੁਸੀਂ ਵੀ ਐਕਸਟਰੀਮਿਸਟ ਹੋ ਸਾਰਾ ਕੋਸ਼ਿਸ਼ ਫਿਰ ਤੁਸੀਂ ਵੀ ਤੁਹਾਡੇ ਤੇ ਵੀ ਉਹਨੀਆਂ ਚੀਜ਼ਾਂ ਲੱਗ ਹੁੰਦੀਆਂ ਨੇ ਫਿਰ ਤੁਸੀਂ ਕਿ ਤਾ ਦੁਨੀਆ ਦੇ ਸਾਹਮਣੇ ਇਹ ਗੱਲ ਕਹਿ ਕਹਿੰਦੇ ਉੱਚੀ ਬਾਹ ਕਰਕੇ ਕਿ ਅਸੀਂ ਜਿਹੜੇ ਆ ਉਹ ਅਸੀਂ ਹਿੰਦੂ ਰਾਸ਼ਟਰ ਦੀ ਗੱਲ ਕਰੀਏ ਤਾਂ ਅਸੀਂ ਸਾਫ਼ ਹਾਂ ਪਰ ਜੇ ਕੋਈ ਆਪਣੇ ਰਾਸ਼ਟਰ ਦੀ ਗੱਲ ਕਰੇ ਜਾਂ ਖਾਲਸਤਾਨ ਦੀ ਗੱਲ ਕਰੇ ਤੇ ਉਹ ਆਤਵਾਦੀ ਹੋ ਗਿਆ ਇਹ ਜਿਹੜਾ ਹੈ ਇਹ 20 ਸਦੀ ਦੇ ਵਿੱਚ ਤਾਂ ਤੁਹਾਡੀਆਂ ਇਹ ਝੂਠ ਦਾ ਪਲੰਦਾ ਗਿਆ ਚੱਲ ਇੱਕਵੀਂ ਸਦੀ ਦੇ ਵਿੱਚ ਇਹ ਚੱਲਣਾ ਨਹੀਂ ਚਾਹੇ ਫਿਰ ਉਹ ਕੈਨੇਡੀਕਟ ਸਟੇਟ ਅਮਰੀਕਾ ਦੀ ਹੋਵੇ ਜਾਂ ਫਿਰ ਕੈਨੇਡਾ ਹੋਵੇ ਜਾਂ ਫਿਰ ਯੂਐਸ ਦਾ ਬਾਕੀ ਸਟੇਟਸ ਹੋਣ ਆਸਟ੍ਰੇਲੀਆ ਹੋਵੇ ਨਿਊਜ਼ੀਲੈਂਡ ਹੋਵੇ ਇੰਗਲੈਂਡ ਹੋਵੇ ਇਟਲੀ ਹੋਵੇ ਜਾਂ ਸਾਰੇ ਯੂਰਪ ਦੇ ਹੋਰ ਤੇਸ਼ ਹੋਣ ਜਾਂ ਜਰਮਨੀ ਹੋਵੇ ਮਾਫ ਕਰਨਾ ਕੋਈ ਕੰਟਰੀ ਰਹਿ ਨਾ ਜਾਵੇ ਕਿ ਜਿੱਥੇ-ਜਿੱਥੇ ਕੋਈ ਗੁਰੂ ਪਿਆਰੇ ਗੁਰਨਾਨਕ ਦਾ ਸਿੱਖ ਵਸਦਾ ਜਾਂ ਫਿਰ ਪੰਜਾਬ ਦੇ ਵਿੱਚ ਚਾਗਦੀਆਂ ਜ਼ਮੀਰਾਂ ਵਾਲੇ ਆਪਣੇ ਆਪ ਨੂੰ ਪੇਸ਼ ਕਰ ਦਿੰਦੇ ਨੇ ਫਿਰ ਅੱਕੇ ਤੇ ਉਹ ਹੋਣ ਤੇ ਉਹ ਇਸ ਗੱਲ ਨੂੰ ਤਾਂ ਕਦੀ ਵੀ برداشت ਨਹੀਂ ਕਰਨਗੇ ਕਿ ਭਈ ਜੇ ਤਾਂ ਤੁਸੀਂ ਆਪਣੇ ਦੇਸ਼ ਦੀ ਸਿਰਜਣਾ ਕਰਨ ਦਾ ਸੋਚਦੇ ਹੋ ਤੇ ਫਿਰ ਦੂਜੀ ਕੌਮ ਵੀ ਆਪਣਾ ਸਿਰਜਣਾ ਕਰਨ ਨੂੰ ਸੋਚ ਸਕਦੀ ਹੈ ਕਿਉਂਕਿ ਦੁਨੀਆ ਦਾ ਚੌਥਾ ਧਰਮ ਜਿਹੜਾ ਉਹ ਸਿੱਖ ਧਰਮ ਹੈ ਤੇ ਫਿਰ ਉਹਨਾਂ ਨੇ ਵੀ ਆਪਣਾ ਆਪ ਸੋਚਣਾ ਉਹਨਾਂ ਨੇ ਵੀ ਆਪਣਾ ਆ ਪੁੱਜਣਾ ਦੇਖਣਾ ਕਿ ਸਾਡੀ ਕੌਮ ਪੱਛ ਕਿਵੇਂ ਸਕਦੀ ਆ ਸਾਡੀ ਕੌਮ ਜਿਹੜੀ ਆ ਅੱਗੇ ਵੱਧ ਕਿਵੇਂ ਸਕਦੀ ਆ ਇਸ ਜਿਹੜਾ 9.8 ਬਿਲੀਅਨ ਇਸ ਧਰਤੀ ਤੇ ਵਸਦਾ ਹੋਇਆ ਇਨਸਾਨ ਆ ਉਹਦੇ ਵਿੱਚ ਸਿਰ ਚੁੱਕ ਕੇ ਕਿਵੇਂ ਜੀਣਾ ਉਹ ਸਿੱਖ ਕੌਮ ਨੇ ਆਪਣੇ ਆਪ ਦੇਖਣਾ ਹੈਗਾ ਸੋ ਸਵਾਲ ਸਾਰੇ ਐਡੇ ਨੇ ਕਿਸੇ ਨੂੰ ਕੋਈ ਇਤਰਾਜ ਹੋਵੇ ਤੇ ਜਰੂਰ ਲਿਖ ਭੇਜਿਓ ਕੋਈ ਕਿਸੇ ਨੂੰ ਕੋਈ ਇਸ ਦੇ ਉੱਤੇ ਕੋਈ ਖਾਸ ਤੌਰ ਦੇ ਉੱਤੇ ਟਿੱਪਣੀ ਕਰਨੀ ਹੋਵੇ ਤੇ ਉਹ ਵੀ ਲਿਖ ਭੇਜਿਓ ਅਸੀਂ ਦਰਸ਼ਕਾਂ ਨਾਲ ਸਾਂਝੀਆਂ ਕਰਦਾਂਗੇ ਤੁਹਾਡੀਆਂ ਟਿੱਪਣੀਆਂ ਕਿ ਤੁਸੀਂ ਐਦਾਂ ਸੋਚਦੇ ਹੋ ਮੈਨੂੰ ਲੱਗਦਾ ਕਿ ਅਸੀਂ ਆਪਣੇ ਹਿਸਾਬ ਦੇ ਨਾਲ ਕੋਈ ਅਜਿਹੀ ਗੱਲ ਤੁਹਾਡੇ ਤੱਕ ਨਹੀਂ ਕੀਤੀ ਕਿ ਜਿਹੜੀ ਤੁਹਾਨੂੰ ਜਿਹੜੀ ਆ ਉਹ ਗਲੇ ਤੋਂ ਥੱਲੇ ਨਾ ਉਤਰੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਲੋਕ ਵਿਰੋਧ ਚ ਖੜੇ ਨੇ ਉਹ ਲੋਕ ਵੀ ਜਿਹੜੇ ਲੋਕ ਇਹ ਸਮਝਦੇ ਨੇ ਕਿ ਸਾਡਾ ਇਦਾਂ ਧਬਰੂਕੂਸਰੂ ਚੱਲੀ ਜਾਂਦਾ ਤੇ ਉਹ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਗੁਰੂ ਸਾਹਿਬ ਨੂੰ ਤਾਂ ਮੰਨਦੇ ਆ ਪਰ ਅਸੀਂ ਖਾਲਸਾ ਰਾਜ ਦੇ ਬਹੁਤ ਜਿਆਦਾ ਹਮੈਤੀਨੀਆਂ ਵਿੱਚ ਵਿਚਵਾਰੇ ਜੇ ਤੁਰੇ ਫਿਰਦੇ ਆ ਇਹ ਉਹਨਾਂ ਲੋਕਾਂ ਵਾਸਤੇ ਵੀ ਸਵਾਲ ਹੈਗਾ ਸੋ ਪਾਸਾ ਦਾ ਇੱਕ ਕਰਨਾ ਪੈਣਾ ਲਕੀਰ ਇੱਕ ਖਿੱਚਣੀ ਪੈਣੀ ਆ ਦਵਾਰ ਇੱਕ ਬਣਾਉਣੀ ਪੈਣੀ ਆ ਜਾਂ ਤਾਂ ਇਸ ਪਾਸੇ ਹੋਣਾ ਪੈਣਾ ਜਾਂ ਇਸ ਪਾਸੇ ਹੋਣਾ ਪੈਣਾ ਇਹ ਹੁਣ ਜਿਹੜਾ ਹੈਗਾ ਫੈਸਲਾ ਤੁਸੀਂ ਕਰਨਾ ਕਿ ਬਾਬਰ ਕੇ ਬਾਬਰ ਕੇ ਵੱਲ ਹੋਣਾ ਕਿ ਬਾਬਿਆਂ ਵੱਲ ਹੋਣਾ ਇਹ ਫੈਸਲਾ ਤੁਹਾਡਾ ਆਪਣਾ ਕਿਉਂਕਿ ਸੰਗਤ ਜੀ ਫੈਸਲਾ ਤੁਸੀਂ ਲੈਣਾ ਏ ਕਿ ਅਸੀਂ ਖੜਾਕੇ ਸਾਈਡ ਦੇ ਉੱਤੇ ਆ ਜਿਹੜਾ ਪਾਸਾ ਤੁਹਾਨੂੰ ਠੀਕ ਲੱਗਦਾ ਉਸ ਪਾਸੇ ਤੁਸੀਂ ਹੋ ਜੋ ਵਿਚ ਵਿਚਾਰੇ ਚੱਲਿਆਂ ਗੱਲ ਬਣਨੀ ਨਹੀਂ ਨਾ ਉਧਰਲੇ ਬੰਨੇ ਕਿਸੇ ਤਰ੍ਹਾਂ ਦੇ ਨਾਲ ਤੁਸੀਂ ਫਰਮਾਣੇ ਜਾਓਗੇ ਤੇ ਨਾ ਇਧਰਲੇ ਬੰਨੇ ਸੋ ਇਸ ਕਰਕੇ ਫੈਸਲਾ ਸਾਨੂੰ ਲੈ ਲੈਣਾ ਚਾਹੀਦਾ ਹੈਗਾ ਸੋ ਜੇ ਹਿੰਦੂ ਰਾਸ਼ਟਰ ਦੇ ਵਿੱਚ ਕੋਈ ਬਰਾਈ ਨਹੀਂ ਤੇ ਫਿਰ ਖਾਲਸਾਤ ਦੇ ਵਿੱਚ ਵੀ ਕੋਈ ਬਰਾਈ ਨਹੀਂ ਖਾਸਾ ਰਾਜ ਵਿੱਚ ਵੀ ਕੋਈ ਬਰਾਈ ਨਹੀਂ ਸੋ ਫਿਰ ਇਹ ਬਰਾਬਰ ਤੇ ਚੱਲੀਆਂ ਚੱਲੀ ਜਾਣ ਵਾਲੀ جنگ ਆ ਤੇ ਇਹਨੂੰ ਉਸ ਤਰੀਕੇ ਦੇ ਨਾਲ ਹੀ ਹਰ ਬੰਦੇ ਨੂੰ ਦੇਖਣਾ ਚਾਹੀਦਾ ਨਾ ਕਿ ਇਹਨੂੰ ਕੋਈ ਦੋ ਧਰਮਾਂ ਦੀ ਸਿੱਧੀ ਸਿੱਧੀ ਲੜਾਈ ਦੇ ਰੂਪ ਦੇ ਵਿੱਚ ਦੇਖਣਾ ਚਾਹੀਦਾ ਸਰਕਾਰਾਂ ਨੇ ਆਪਣੀਆਂ ਕੁਰਸੀਆਂ ਕਾਇਮ ਕਰਨੀਆਂ ਹੁੰਦੀਆਂ ਤੇ ਉਹ ਆਪਣਾ ਜ਼ੋਰ ਲਾਉਂਦੀਆਂ ਨੇ ਪੰਜਾਬ ਨੂੰ ਬਲਦੀ ਦੇ ਵਿੱਚ ਸੁੱਟਣ ਚ ਕੋਈ ਕਸਰ ਉਹਨਾਂ ਨੇ ਛੱਡਣੀ ਨਹੀਂ ਤੇ ਆ ਹੋਣ ਵਾਲੀ ਬਣੀ ਹੋਈ ਸਰਕਾਰ ਜਿਹੜੀ ਆ ਆ ਲਾਲਾ ਕੇਜਰੀਵਾਲ ਹੋਵੇ ਜਾਂ ਮੋਦੀ ਹੋਵੇ ਜਾਂ ਕੋਈ ਹੋਰ ਉੱਥੇ ਬੈਠਾ ਹੋਵੇ ਦਿੱਲੀ ਨੇ ਅੱਜ ਤੱਕ ਪੰਜਾਬ ਨੂੰ ਦਿੱਤਾ ਕੁਛ ਨਹੀਂ ਲਿਆ ਬਹੁਤ ਕੋਸ਼ਾ ਸੋ ਦਿੱਲੀ ਤੋਂ ਆਸ ਕਰ ਲੈਣੀ ਜਦ ਦਿੱਲੀ ਵੱਲ ਨੂੰ ਮੂੰਹ ਕਰਕੇ ਤੇ ਇਹ ਸੋਚ ਲੈਣਾ ਕਿ ਅਸੀਂ ਕੋਈ ਪੰਜਾਬ ਨੂੰ ਤਰੱਕੀ ਦੇ ਦਾਂਗੇ ਮੈਨੂੰ ਲੱਗਦਾ ਕਿ ਮੂਰਖਤਾ ਤੋਂ ਉੱਤੇ ਕੁਝ ਵੀ ਨਹੀਂ ਹੈ ਇਹ ਨਿਰੀ ਸਿੱਧੀ ਸਾਦੀ ਜਿਹੜੀ ਆ ਉਹ ਮੈਂ ਕਵਾਂਗਾ ਕਿ ਤੁਸੀਂ ਆਤਮਹਤਿਆ ਵਾਲੀ ਸਾਈਡ ਨੂੰ ਜਿਹੜਾ ਇਹ ਬੰਦਾ ਇਹ ਸੋਚਦਾ ਕਿ ਮੈਂ ਇੱਥੇ ਸੂਬੇਦਾਰੀ ਲੈ ਕੇ ਤੇ ਮੈਂ ਪੰਜਾਬ ਨੂੰ ਕੋਈ ਨਵੀਂ ਸੇਹ ਦੇ ਦੂੰਗਾ ਜਾਂ ਪੰਜਾਬ ਨੂੰ ਜਿਹੜਾ ਹੈ ਕੋਈ ਨਵਾਂ ਰੂਪ ਦੇ ਦੂੰਗਾ ਤੇ ਉਹ ਆਪਣੀ ਆਤਮ ਹੱਤਿਆ ਤੇ ਕਰਦਾ ਹੀ ਆ ਤੇ ਨਾਲ ਉਹ ਪੰਜਾਬ ਦੇ ਲੋਕਾਂ ਦੀ ਆਤਮ ਹੱਤਿਆ ਵੀ ਕਰਾ ਦਿੰਦਾ ਜੇ ਨਹੀਂ ਤੁਹਾਨੂੰ ਇਸ ਚੀਜ਼ ਦਾ ਯਕੀਨ ਆ ਤੇ ਆ ਤੁਹਾਡੇ ਸਾਹਮਣੇ ਪਿਆ ਕਿੱਥੇ ਅੱਜ ਬਾਦਲ ਕਿੱਥੇ ਆ ਬਾਦਲ ਤੋਂ ਪਹਿਲੇ ਜਿਹੜੇ ਆ ਬਿਆੰਤਾ 부ਛੜ ਲਾ ਲਓ ਦਰਬਾਰਾ ਲਾ ਲਓ ਜਾਂ ਪਰਨਾਲਾ ਲਾ ਲਓ ਜਾਂ ਲਾਂਗੋਵਾਲ ਲਾ ਲਓ ਜਾਂ ਹਉਣ ਵਾਲਾ ਕੈਪਟਨ ਜਿਹੜਾ ਅਮਰਿੰਦਰ ਆ ਉਹ ਲਾ ਲਓ ਕਿੱਥੇ ਨੇ ਅੱਜ ਕਿੱਥੇ ਤੁਰੇ ਫਿਰਦੇ ਆ ਅੱਜ ਉਹ ਇਹਨਾਂ ਨੇ ਜਵੇਂ ਤੇ ਜਾ ਇਹਨਾਂ ਨੇ ਵੀ ਤੇ ਜਾ ਰੀਆਂ ਸਿੱਧੀਆਂ ਉਧਰ ਨੂੰ ਲਾਈਆਂ ਸੀ ਨਾ ਦਿੱਲੀ ਵੱਲ ਨੂੰ ਤੇ ਅੱਜ ਕਿੱਥੇ ਨੇ ਅੱਜ ਲੋਕਾਂ ਤੋਂ ਵੀ ਗਏ ਤੇ ਆਪਣਾ ਮਤਲਬ ਖੀਰਲੇ ਸਮੇਂ ਦੀ ਕਹਿ ਸਕਦੇ ਆ ਕਿ ਜਦੋਂ ਤੁਸੀਂ ਸਿਆਸਤ ਤੋਂ ਵੀ ਜਿਹੜਾ ਲਾਂਬੇ ਹੋ ਜਾਂਦੇ ਹੋ ਕਿਉਂਕਿ ਤੁਸੀਂ ਆਪਣੇ ਖਿੱਤੇ ਦੇ ਨਾਲ ਆਪਣੇ ਗੁਰੂ ਦੇ ਨਾਲ ਜਿਹੜਾ ਉਹ ਝੂਠ ਬੋਲ ਕੇ ਆਪਣੇ ਜੀਵਨ ਦੇ ਵਿੱਚ ਜਿਹੜੇ ਉਹ ਵਿਚਰੇ ਹੋ ਤੇ ਤੁਸੀਂ ਕਿਸੇ ਵੀ ਪਰਮਾਨੰਤ ਨਹੀਂ ਹੋ ਜਾਂ ਕਿਤੇ ਵੀ ਤੁਸੀਂ ਸਵਕਾਰ ਸਵਕਾਰੇ ਨਹੀਂ ਜਾਣਾ ਨਾ ਇਸ ਧਰਤੀ ਤੇ ਨਾ ਉਸ ਪਰਲੋਕ ਦੇ ਵਿੱਚ ਸੋ ਫੈਸਲਾ ਅਸੀਂ ਆਪਣੇ ਇੱਕ ਆਮ ਇਨਸਾਨ ਦੇ ਤੌਰ ਤੇ ਉੱਤੇ ਕਰ ਲਈਏ ਕਿ ਅਸੀਂ ਖੜਨਾ ਕਿ ਸਾਈਡ ਤੇ ਆ ਲਕੀਰ ਤੱਕ ਖਿੱਚ ਕੇ ਚੱਲਣੀ ਪੈਣੀ ਆ ਲਕੀਰ ਦੇ ਉਸ ਪਾਸੇ ਖੜਨਾ ਜਾਂ ਲਕੀਰ ਦੇ ਇਸ ਪਾਸੇ ਖੜਨਾ ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਆਪਾਂ ਕੱਲ ਦੁਬਾਰਾ ਨਵੇਂ ਵਿਸ਼ੇ ਦੇ ਨਾਲ ਨਵੇਂ ਟੌਪਿਕ ਦੇ ਨਾਲ ਤੁਹਾਡੀ ਕਚਰੀ ਦੇ ਵਿੱਚ ਹਾਜ਼ਰੀ ਲਵਾਵਾਂਗੇ ਸੋ ਤੁਹਾਡੇ ਕੋਈ ਸੁਝਾਅ ਕੋਈ ਕਮੈਂਟ ਹੋਣ ਤਾਂ ਛੱਡ ਤੱਕ ਜਰੂਰ ਪਹੁੰਚਦਿਆ ਕਰੋ ਤਾਂ ਕਿ ਅਸੀਂ ਪ੍ਰੋਗਰਾਮ ਨੂੰ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰ ਸਕੀਏ ਸੁਪਰਮਾਤਮਾ ਨੇ ਸਭ ਅਕਸ਼ੇਤ ਕੱਲ ਤੁਹਾਡੀ ਕਚਰੀ ਚ ਦੁਬਾਰਾ ਹਾਜ਼ਰੀ ਲਵਾਵਾਂਗੇ ਸੋ ਭੈ ਕਾਹੂ ਕੋ ਦੇਤ ਨਾ ਨਾ ਪਹਿਮਾਨ ਤਾਨ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ